ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਚੋਲਾ ਸਾਹਿਬ ਦੇ ਮੇਲੇ ਤੇ ਹੁਸ਼ਿਆਰਪੁਰ ਤੋਂ ਚੱਲੀਆਂ ਸੰਗਤਾਂ ਦੀ ਉਡੀਕ ਦੇ ਵਿੱਚ ਸਭ ਆਪਣੇ ਆਪਣੇ ਪਿੰਡਾਂ ਦੇ ਦਰਵਾਜ਼ੇ ਖੋਲ੍ਹ ਕੇ ਅਤੇ ਮੰਜੇ ਵਿਛਾ ਕੇ ਸੰਗਤਾਂ ਦੀ ਉਡੀਕ ਦੇ ਵਿੱਚ ਆਪਣੇ ਆਪਣੇ ਗੇਟ ਦੇ ਮੂਹਰੇ ਖੜ੍ਹ ਕੇ ਉਡੀਕ ਕਰ ਰਹੇ ਨੇ। ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਹੁਤ ਕਿਰਪਾ ਹੈ, ਸਾਡੇ ਅਤੇ ਸਾਡੇ ਪਰਿਵਾਰ 'ਤੇ ਗੁਰੂ ਨਾਨਕ ਦੇਵ ਜੀ ਦੀ ਬਹੁਤ ਜ਼ਿਆਦਾ ਕਿਰਪਾ ਹੈ ਅਤੇ ਪਿੰਡ ਦੇ ਜਿਹੜੇ ਸਾਰੇ ਲੋਕ ਨੇ ਉਹ ਆਪਣੇ ਘਰਾਂ ਦੇ ਦਰਵਾਜ਼ੇ ਜਿਹੜੇ ਨੇ ਉਹ ਖੁੱਲ੍ਹੇ ਰੱਖਦੇ ਨੇ। ਜਿਹੜੀ ਸੰਗਤ ਪੈਦਲ ਚੱਲ ਕੇ ਆਉਂਦੀ ਹੈ ਉਹ ਸੰਗਤਾਂ ਦੇ ਲਈ ਇੱਥੇ ਅਰੇਂਜਮੈਂਟ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੰਗਤ ਦੇ ਰੂਪ ਦੇ ਵਿੱਚ ਗੁਰੂ ਨਾਨਕ ਦੇਵ ਜੀ ਕੀ ਪਤਾ ਸਾਡੇ ਘਰਾਂ ਦੇ ਵਿੱਚ ਚਰਨ ਪਾ ਜਾਣ। ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਆਪ ਹੀ ਸੁਣੋ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸੰਘ ਜਿਹੜਾ ਹੈ ਹੁਸ਼ਿਆਰਪੁਰ ਤੋਂ ਚੱਲਦਾ ਹੈ ਤੇ ਰਸਤੇ ਦੇ ਵਿੱਚ ਸੰਗਤਾਂ ਦਾ ਉਤਸ਼ਾਹ ਵੀ ਜਿਹੜਾ ਹੈ ਬੜਾ ਹੁੰਦਾ ਹੈ। ਤਾਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਕਿੰਨਾ ਸੰਗਤਾਂ ਦੇ ਵਿੱਚ ਉਤਸ਼ਾਹ ਹੈ, ਸੰਗਤਾਂ ਦੇ ਵਿੱਚ ਉਤਸ਼ਾਹ ਵੀ ਹੈ। ਤਾਂ ਇੱਕ ਗੱਲ ਹੋਰ ਜਿਹੜੀ ਹੈ ਤੁਹਾਨੂੰ ਮੈਂ ਦੱਸੂਗਾ ਕਿ ਹਰ ਇੱਕ ਪਿੰਡ ਦੇ ਵਿੱਚ ਮੰਜੇ ਬਿਸਤਰੇ ਤੇ ਸਾਰਿਆਂ ਦੇ ਘਰ ਜਿਹੜੇ ਨੇ ਖੁੱਲੇ ਰਹਿੰਦੇ ਨੇ 24 ਘੰਟੇ, ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਇਹ ਸੰਘ ਲੰਘਣਾ ਹੁੰਦਾ ਹੈ ਤੇ ਜਿੰਨੀ ਵੀ ਸੰਗਤ ਆਉਂਦੀ ਹੈ ਤੇ ਉਹ ਜਿਹੜੀ ਸੰਗਤ ਹੈ ਘਰਾਂ ਦੇ ਵਿੱਚ ਰੈਸਟ ਕਰਕੇ ਜਾਵੇ। ਤੇ ਸੰਗਤਾਂ ਦੇ ਵਿੱਚ ਉਤਸ਼ਾਹ ਹੈ, ਲੋਕ ਜਿਹੜੇ ਨੇ ਲੋਕ ਆਪਣੇ ਘਰਾਂ ਦੇ ਵਿੱਚ ਕਹਿੰਦੇ ਨੇ ਕਿ ਸੰਗਤਾਂ ਸਾਡੇ ਘਰ ਠਹਿਰ ਕੇ ਜਾਣ, ਰੈਸਟ ਕਰਕੇ ਜਾਣ, ਕਿਉਂਕਿ ਬਾਬੇ ਨਾਨਕ ਦੀ ਕਿਰਪਾ ਹੈ। ਜਿਹੜਾ ਜਿਹੜਾ ਸੰਗਤ ਪੈਰ ਪਾ ਜਾਂਦਾ ਹੈ ਤਾਂ ਉਹਨਾਂ ਦੀ ਜਿਹੜੀ ਇਹ ਕਿਰਪਾ ਹੁੰਦੀ ਹੈ ਬਾਬੇ ਨਾਨਕ ਦੀ ਘਰਾਂ ਦੇ ਵਿੱਚ। ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ। ਪਰਿਵਾਰ ਵੱਲੋਂ ਜਿਹੜਾ ਹੈ ਜੂਸ ਦਾ ਲੰਗਰ ਲਗਾਇਆ ਗਿਆ ਹੈ, ਜਲ ਜੀਰਾ ਤੇ ਫਰੂਟੀਆਂ ਹਰ ਸਾਲ ਦੀ ਤਰ੍ਹਾਂ ਏਦਾਂ ਹੀ ਜਿਹੜਾ ਹੈ ਲੰਗਰ ਲਗਾਇਆ ਜਾਂਦਾ ਹੈ। ਤੇ ਤਸਵੀਰਾਂ ਦੇ ਵਿੱਚ ਵੀ ਤੁਹਾਨੂੰ ਦਿਖਾ ਦਾਂਗੇ ਇੱਧਰ, ਤੇ ਬੜੇ ਉਤਸ਼ਾਹ ਦੇ ਨਾਲ ਸੰਗਤਾਂ ਜਿਹੜੀਆਂ ਨੇ ਪਿਆਰ ਦੇ ਨਾਲ ਲੰਗਰ ਵੀ ਛਕਦੀਆਂ ਨੇ ਤਾਂ ਜਿਹੜੀਆਂ ਨੇ ਉਹ ਰੈਸਟ ਕਰਕੇ ਵੀ ਜਾਂਦੀਆਂ ਨੇ ਆਪਣੇ ਆਪਣੇ ਜਿਹੜੇ ਆ ਦੁਆਰ ਜਿਹੜੇ ਨੇ ਆਪਣੇ ਆਪਣੇ ਘਰ ਜਿਹੜੇ ਨੇ ਲੋਕਾਂ ਨੇ ਖੋਲ ਕੇ ਰੱਖੇ ਹੋਏ ਨੇ ਕਿ ਸੰਗਤਾਂ ਜਿਹੜੀਆਂ ਨੇ ਇੱਥੇ ਆ ਕੇ ਰੈਸਟ ਕਰਨ ਤੇ ਬਾਬਾ ਨਾਨਕ ਜਿਹੜਾ ਕਿਰਪਾ ਕਰੇਗਾ ਸਾਰਿਆਂ ਦੇ ਉੱਤੇ। ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਹਰ ਇੱਕ ਘਰ ਦੇ ਗੇਟ ਜਿਹੜੇ ਨੇ 24 ਘੰਟੇ ਖੁੱਲੇ ਨੇ ਤੇ ਨਾਲ ਦੀ ਨਾਲ ਸੰਗਤਾਂ ਜਿਹੜੀਆਂ ਨੇ ਇੱਥੇ ਠਹਿਰ ਕੇ ਜਾਣ ਤੇ ਬਾਬੇ ਨਾਨਕ ਦੀ ਕਿਰਪਾ ਹੋਵੇ। ਸੋ ਸੰਗਤਾਂ ਦੇ ਵਿੱਚ ਉਤਸ਼ਾਹ ਵੀ ਬੜਾ, ਆਪਾਂ ਗੱਲਬਾਤ ਵੀ ਕਰਾਂਗੇ ਕਿਉਂਕਿ ਕਹਿੰਦੇ ਨੇ ਕਿ ਬਾਬੇ ਨਾਨਕ ਦੀ ਬੜੀ ਕਿਰਪਾ ਹੈ, ਹਰ ਘਰ ਦੇ ਬਾਹਰ ਜਿਹੜੇ ਮੰਜੇ ਲੱਗੇ ਹੋਏ। ਸਤਿ ਸ੍ਰੀ ਅਕਾਲ ਭੈਣ ਜੀ, ਕੀ ਨਾਮ ਜੀ? ਮੇਰਾ ਨਾਮ ਰਿੰਦਰਜੀਤ ਕੌਰ। ਸੋ ਕਿੱਦਾਂ ਦੇਖਦੇ ਹੋ ਕਿ ਹਰ ਘਰ ਬੂਹਾ ਖੁੱਲਾ ਹੈ ਤੇ ਮੰਜੇ ਵਿਛਾਏ ਹੋਏ, ਬਿਸਤਰੇ ਲੱਗੇ ਹੋਏ ਕਿ ਰੈਸਟ ਕਰਕੇ ਸੰਗਤ ਜਾਏ, ਕੀ ਕਹਿਣਾ ਚਾਹੁੰਦੇ? ਇਹ ਤਾਂ ਇਹ ਸਾਡੇ ਲਈ ਤਾਂ ਕੁਝ ਵੀ ਨਹੀਂ ਹੈ, ਇਹ ਜੋ ਪਰਮਾਤਮਾ ਨੇ ਸਾਨੂੰ ਦਿੱਤਾ ਹੈ ਨਾ ਗੁਰੂ ਨਾਨਕ ਦੇਵ ਜੀ ਨੇ, ਇਹ ਤਾਂ ਸਾਡੇ ਲਈ ਕੁਝ ਵੀ ਨਹੀਂ ਉਹਨਾਂ ਵਾਸਤੇ, ਇਹ ਤਾਂ ਸਾਡਾ ਫਰਜ਼ ਬਣਦਾ ਹੈ ਇੰਨੀ ਦੂਰ ਸੰਗਤ ਚੱਲ ਕੇ ਆਉਂਦੀ ਹੈ, ਇਹ ਤਾਂ ਇੰਨਾ ਕਿ ਤੇ ਉਪਰਾਲਾ ਕੁਝ ਨਹੀਂ। ਸੋ ਕਿੰਨੀ ਦੇਰ ਤੋਂ ਸੰਗਤ ਚੱਲਦੀ ਹੈ ਤੇ ਸੰਗਤਾਂ ਦੇ ਵਿੱਚ ਕਿੱਦਾਂ ਦਾ ਉਤਸ਼ਾਹ ਦੇਖਣ ਨੂੰ ਮਿਲਦਾ? ਸੰਗਤ ਉੱਥੋਂ ਖਡਿਆਲਾ ਸੈਣੀਆਂ ਤੋਂ 1 ਤਰੀਕ ਨੂੰ ਚੱਲਦੀ ਹੈ ਸੰਗਤ, ਫਿਰ ਸਾਡੇ ਇੱਥੇ ਅੱਜ ਪਹੁੰਚਣਾ ਇਹਨਾਂ ਨੇ, ਕੱਲ ਨੂੰ ਉਹਨਾਂ ਨੇ ਡੇਰਾ ਬਾਬਾ ਨਾਨਕ ਪਹੁੰਚਣਾ। ਹਾਂਜੀ, ਫਿਰ ਸਾਰੇ ਪਿੰਡਾਂ 'ਚ ਇੱਦਾਂ ਹੀ ਆ, ਥੋੜ੍ਹੀ ਥੋੜ੍ਹੀ ਦੇਰ ਰੁਕ ਕੇ ਤੇ ਆਉਂਦੇ ਇੱਦਾਂ ਹੀ ਆਉਂਦੇ। ਸੋ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਬਾਬੇ ਨਾਨਕ ਦੀ ਕਿਰਪਾ ਕਿ ਸੰਗਤ ਜਿਹੜੀ ਹੈ ਦਰਵਾਜ਼ਿਆਂ ਦੇ ਖਲੋ ਕੇ ਜਿਹੜੇ ਘਰ ਵਾਲੇ ਨੇ ਉਹ ਖਲੋਤੇ ਨੇ, ਇੰਤਜ਼ਾਰ ਕਰਦੇ ਨੇ ਕਿ ਸਾਡੇ ਘਰ ਸੰਗਤ ਆ ਜਾਏ? ਪਰਮਾਤਮਾ ਬਾਬਾ ਨਾਨਕ ਸਾਡੇ ਘਰ, ਉਹਨਾਂ ਨੇ ਆਉਣਾ ਸੰਗਤ ਦੇ ਰੂਪ ਵਿੱਚ ਨਾ, ਇਹ ਸਾਰੀ ਸੰਗਤ ਜੋ ਆ ਉਹ ਬਾਬਾ ਜੀ ਦੇ ਰੂਪ ਆਏ। ਤੁਸੀਂ ਵੀ ਲੰਗਰ ਦਾ ਪ੍ਰਬੰਧ ਕੀਤਾ ਹੈ, ਕਿੱਦਾਂ ਦੇਖਦੇ ਹੋ ਕਿ ਬਾਬੇ ਨਾਨਕ ਦੀ ਕਿਰਪਾ ਹੀ ਹਰ ਸਾਲ ਕਰਦੇ ਇੱਦਾਂ? ਹਾਂਜੀ, ਜਿੱਦਾਂ ਚਲੋ ਜੋ ਸਾਡੀ ਮਨ ਵਿੱਚ ਤਮੰਨਾ ਸੀ ਨਾ
ਅਰਦਾਸ ਕੀਤੀ ਉਹ ਪੂਰੀ ਹੋਈ, ਫਿਰ ਉਹਦੇ ਸ਼ੁਕਰਾਨੇ ਵਜੋਂ ਫਿਰ ਦਰਸ਼ਕਾਂ ਨੂੰ ਦੱਸੋ ਨਾ ਕਿ ਬਾਬੇ ਨਾਨਕ ਅੱਗੇ ਕਿਹੜੀ ਅਰਦਾਸ ਕੀਤੀ ਹੈ ਤੇ ਫਿਰ ਪੂਰੀ ਹੋਈ ਹੈ। ਜੋ ਵੀ ਮੰਗੋ ਪਰਮਾਤਮਾ ਦਾ, ਜੋ ਵੀ ਮੰਗੋ ਨਾ ਸਾਰਾ ਕੁਛ ਦਿੰਦੇ ਉਹ ਸਾਰਾ ਕੁਛ। ਭਾਵੁਕ ਹੋ ਗਏ ਭੈਣ ਜੀ ਕਿਤੇ, ਬਹੁਤ ਕੁਛ ਦਿੱਤਾ ਬਾਬਾ ਜੀ ਨੇ। ਉਹ ਗੱਲਬਾਤ ਕਰ ਭੈਣ ਜੀ, ਭਾਵੁਕ ਹੋ ਗਏ ਨੇ, ਕਹਿੰਦੇ ਨੇ ਕਿ ਮੂੰਹੋਂ ਮੰਗੀਆਂ ਮੁਰਾਦਾਂ ਜਿਹੜੀਆਂ ਮਿਲਦੀਆਂ ਨੇ ਤਾਂ ਸਾਰਾ ਪਿੰਡ ਜਿਹੜਾ ਇਹ ਸੰਗਤਾਂ ਜਿਹੜੀਆਂ ਨੇ ਉਹਨਾਂ ਦੀ ਉਡੀਕ ਦੇ ਵਿੱਚ ਖੜੀਆਂ ਨੇ, ਗੇਟਾਂ ਦੇ ਵਿੱਚ ਬੂਹੇ ਦਰਵਾਜ਼ੇ ਤੇ ਬਿਸਤਰੇ ਲਗਾ ਕੇ ਮੰਜੇ ਲਗਾ ਕੇ ਖੜੇ ਨੇ ਕਿ ਸਾਡੇ ਘਰ ਜਿਹੜਾ ਇਹ ਸੰਗਤ ਦਾ ਪੈਰ ਪਵੇ ਤੇ ਬਾਬੇ ਨਾਨਕ ਦੀ ਕਿਰਪਾ ਹੋਵੇ। ਮੂੰਹੋਂ ਮੰਗੀਆਂ ਮੁਰਾਦਾਂ ਵੀ ਮਿਲਦੀਆਂ ਨੇ ਤੇ ਮਨ ਦੇ ਵਿੱਚ ਕਹਿ ਦਿਓ ਤੇ ਉਹ ਵੀ ਜਿਹੜੀ ਮੁਰਾਦ ਪੂਰੀ ਹੁੰਦੀ ਹੈ। ਆਪਾਂ ਗੱਲਬਾਤ ਵੀ ਕਰਾਂਗੇ, ਤਸਵੀਰਾਂ ਤੁਹਾਨੂੰ ਦਿਖਾ ਦਾਂਗੇ, ਪੂਰਾ ਪਰਿਵਾਰ ਹੈ ਤੇ ਭੈਣ ਸਾਡੀ ਕਿਤੇ ਨਾ ਕਿਤੇ ਭਾਵੁਕ ਹੋ ਗਈ। ਕਹਿੰਦੇ ਕਿ ਆਪਾਂ ਦੱਸਣਾ ਚਾਹੁੰਦੇ ਹਾਂ ਕਿ ਬੜਾ ਜਿਹੜਾ ਇਹ ਕਿਰਪਾ ਬਾਬੇ ਨਾਨਕ ਦੀ ਤੇ ਆਪਾਂ ਗੱਲਬਾਤ ਵੀ ਕਰਦੇ ਹਾਂ, ਕੀ ਕਹਿਣਾ ਹੈ? ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕੀ ਨਾਮ ਜੀ? ਕੁਲਦੀਪ ਕੌਰ ਜੀ। ਥੋੜਾ ਗਿਆ। ਸੋ ਉਧਰ ਨੂੰ ਦੇਖੋ, ਉਧਰ ਇੱਧਰ ਆਉਣਾ ਤਰਾ। ਸੋ ਕੀ ਕਹਿਣਾ ਚਾਹੁੰਦੇ ਹੋ ਕਿ ਸਾਰੇ ਦਰਵਾਜ਼ੇ ਲੋਕਾਂ ਦੇ ਸੰਗਤ ਨੂੰ ਉਡੀਕਦੀਆਂ ਪਈਆਂ ਨੇ ਕਿ ਸਾਡੇ ਘਰ ਕੋਈ ਪੈਰ ਪਾਵੇ, ਕੀ ਕਹਿਣਾ ਚਾਹੁੰਦੇ ਹੋ? ਇਹ ਤੇ ਜੀ ਸਾਡੇ ਵਾਸਤੇ ਕੁਝ ਵੀ ਨਹੀਂ ਹੈ, ਹੈਨਾ? ਪਰਮਾਤਮਾ ਤੁਹਾਡੇ ਤੇ ਇੰਨੀ ਵੱਡੀ ਕਿਰਪਾ ਕੀਤੀ ਆ, ਇਹ ਤੇ ਕੁਛ ਵੀ ਨਹੀਂ ਹੈ, ਤੇ ਇੱਕ ਮਾਮੂਲੀ ਚੀਜ਼ ਆ ਜਿਹੜੇ ਦਰਵਾਜ਼ੇ ਖੁੱਲੇ ਛੱਡਨੇ ਆ। ਵੇਖੋ ਲੋਕਾਂ ਦੇ ਪੈਰ ਸੁੱਜੇ ਹੁੰਦੇ ਜਿਹੜੇ ਆਉਂਦੇ ਨੇ, ਹੈਨਾ? ਸੰਗਤ ਇੰਨੀ ਇੰਨੀ ਦੂਰੋਂ ਆਉਂਦੀ ਆ ਤੇ ਅਸੀਂ ਤੇ ਰਾਹ ਸਾਡੇ ਅੱਖਾਂ ਪੱਕ ਜਾਂਦੀਆਂ ਨੇ ਸਾਲ ਪੂਰਾ ਇਹਨਾਂ ਨੂੰ ਉਡੀਕਦਿਆਂ ਨੂੰ ਕਿ ਆਹ ਤੇ ਇਹਨਾਂ ਦੇ ਦਰਸ਼ਨ ਕਰੀਏ, ਹੈਨਾ? ਤੇ ਇਸ ਟਾਈਮ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ। ਸੋ ਪਰਿਵਾਰ ਫਿਰ ਬੱਚੇ ਕਿੱਥੇ ਆ? ਬੱਚੇ ਮੇਰੇ ਬੇਟੇ ਤੇ ਬੇਟਾ ਬੇਟੀ ਆਸਟ੍ਰੇਲੀਆ, ਇੱਕ ਬੇਟਾ ਕੈਨੇਡਾ। ਬੱਚੇ ਬਾਹਰ। ਬਾਬੇ ਨਾਨਕ ਦੀ ਕਿਰਪਾ ਹੀ ਫਿਰ, ਬਹੁਤ ਕਿਰਪਾ ਪਰਮਾਤਮਾ ਦੀ, ਬਹੁਤ ਕਿਰਪਾ ਉਹਨੇ ਦਿੱਤਾ। ਪਰਮਾਤਮਾ ਨੇ ਸਾਨੂੰ ਫਰਸ਼ਾਂ ਤੋਸ਼ਾਂ ਤੇ ਲਿਆਂਦਾ, ਇਸੇ ਬਾਬੇ ਨਾਨਕ ਨੇ ਹੀ, ਤੇ ਇਸ ਵੇਲੇ ਅਸੀਂ ਉਹਦੀਆਂ ਖੁਸ਼ੀਆਂ ਜਿਹੜੀਆਂ ਉਹ ਪ੍ਰਾਪਤ ਕਰਨਾ ਚਾਹੁੰਦੇ ਆ, ਇਹ ਵੰਡ ਕੇ ਲੰਗਰ। ਬਹੁਤ ਖੁਸ਼ ਆ। ਸੋ ਕਿੱਦਾਂ ਦੇਖਦੇ ਹੋ ਕਿ ਸੰਗਤਾਂ ਜਿਹੜੀਆਂ ਉੱਥੋਂ ਚੱਲਦੀਆਂ ਨੇ, ਘਰ ਘਰ ਜਾਂਦੀਆਂ ਨੇ, ਬੜੀ ਕਿਰਪਾ ਹੈ ਬਾਬਾ ਨਾਨਕ ਮਹਾਰਾਜ ਦੀ ਕਿਰਪਾ ਜੀ, ਬਹੁਤ ਜ਼ਿਆਦਾ ਪਰਮਾਤਮਾ ਦੀ ਕਿਰਪਾ ਜੀ। ਜਿਹੜੀਆਂ ਸੰਗਤਾਂ ਆਉਂਦੀਆਂ, 3 ਦਿਨ ਹੋਇਆ ਸੰਗਤ ਨੂੰ ਤੁਰੀ ਨੂੰ ਜੀ, ਇਸ ਵੇਲੇ ਉਹਨਾਂ ਦੇ ਪੈਰ ਜਿਹੜੇ ਸੁੱਜੇ ਹੋਣੇ ਨੇ, ਸਾਡਾ ਜੀ ਕਰਦਾ ਉਹਨਾਂ ਦੇ ਚਰਨ ਧੋਈ ਜਾਂਦੀ ਸੰਗਤ ਦੇ, ਹੈਨਾ? ਪਰ ਇਹ ਹੈ ਕਿ ਇਹ ਪਰਮਾਤਮਾ ਦਾ ਬੜਾ ਵੱਡੀ ਦੇਣ ਆ ਸਾਡੇ ਪਿੰਡ ਵਿੱਚ, ਜਿਹੜਾ ਕਰਮਾਂ ਵਾਲਾ ਪਿੰਡ ਹੈ ਜੀ, ਤੇ ਸੰਗਤ ਨਾਲ। ਕਿਹੜਾ ਪਿੰਡ ਹੈ ਤੁਹਾਡਾ? ਇਹ ਬੂਲੇਵਾਲ ਹੈ ਜੀ, ਬੂਲੇਵਾਲ ਪਿੰਡ, ਇਹ ਡਿਸਟ੍ਰਿਕਟ ਗੁਰਦਾਸਪੁਰ ਚ ਪੈਂਦਾ। ਆਪਣੇ ਤਸੀਲ ਸਾਡੀ ਧਾਰੀਵਾਲ ਹੈ ਤੇ ਨਸ਼ਹਿਰਾ ਮੱਜਾ ਸਾਹਿਬ ਸਾਡਾ ਪੋਸਟ ਆਫਿਸ ਹੈ, ਜਿੱਤੇ ਪਿੰਡ ਪੈਂਦਾ। ਸੋ ਗੱਲਬਾਤ ਕੀਤੀ ਹੈ ਜੀ, ਉਹਨਾਂ ਨੇ ਕਿਹਾ ਜੀ ਅਸੀਂ ਕੁਛ ਵੀ ਨਹੀਂ, ਇੰਨੀ ਕਿਰਪਾ ਬਾਬੇ ਨਾਨਕ ਦੀ, ਬੱਚੇ ਸਾਰੇ ਸੈਟਲ ਨੇ ਤੇ ਬੜੀ ਕਿਰਪਾ ਕਰਦੇ ਨੇ। ਆਪਾਂ ਤੇ ਕਹਿੰਦੇ ਕਿ ਉਹਨਾਂ ਦੇ ਜਿਹੜੀ ਸੰਗਤ ਆਉਂਦੀ ਹੈ ਉਹਨਾਂ ਦੇ ਚਰਨ ਜਿਹੜੇ ਧੋ ਕੇ ਪੀਏ, ਬੜੀ ਕਿਰਪਾ ਬਾਬੇ ਨਾਨਕ ਦੀ। ਮੈਂ ਵੀ ਕਿਤੇ ਨਾ ਕਿਤੇ ਭਾਵੁਕ ਹੋ ਗਿਆ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਕਿਉਂਕਿ ਘਰ ਬੈਠੀਆਂ ਜਿਹੜੀਆਂ ਸੰਗਤਾਂ ਨੇ ਉੱਥੋਂ ਤੱਕ ਵੀਡੀਓ ਜਾਣੀ ਚਾਹੀਦੀ ਹੈ। ਬਾਬੇ ਨਾਨਕ ਦੀ ਕਿਹੜਾ ਚੱਲਦਾ ਪਿਆ ਕਿਤੇ ਨਾ ਕਿਤੇ, ਤਾਂ ਬੜੇ ਲੰਗਰ ਭੰਡਾਰੇ ਵੀ ਰਸਤੇ 'ਚ ਲੱਗਦੇ ਨੇ ਤੇ ਸੰਗਤ ਜਿਹੜੀ ਹੈ ਹੁਸ਼ਿਆਰਪੁਰ ਤੋਂ ਪੈਦਲ ਯਾਤਰਾ ਕਰਕੇ ਆਉਂਦੀ ਹੈ, ਤਾਂ ਉਹ ਜਿਹੜੀ ਅੱਜ ਬਟਾਲਾ ਦੇ ਬੂਲੇਵਾਲ ਪਿੰਡ ਪਹੁੰਚੀ ਹੈ ਤੇ ਸਾਰੇ ਦਰਵਾਜ਼ੇ ਤੇ ਮੰਜੇ ਬਿਸਤਰੇ ਸੰਗਤਾਂ ਦੇ ਉਡੀਕ ਦੇ ਵਿੱਚ ਜਿਹੜੇ ਲੋਕਾਂ ਨੇ ਆਪਣੇ ਦਰਵਾਜ਼ੇ ਖੋਲ੍ਹੇ ਹੋਏ ਨੇ, ਸੰਗਤ ਕਿਤੇ ਪੈਰ ਪਾ ਕੇ ਤੇ ਸਾਡੇ ਤੇ ਵੀ ਕਿਰਪਾ ਕਰਦੇ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਕੈਮਰਾ ਪਰਸਨ ਪਵਨ ਅਗਰਵਾਲ। ਗੁਰਦਾਸਪੁਰ ਤੋਂ ਲੱਕੀ ਰਾਜਪੂਤ ਦੀ ਰਿਪੋਰਟ।